अस्सलामुअलैकुम। वालेकुम सलाम। बाबा जी की नाम तेरा? मेरा नाम है अहमद अली जी। तुम्हारे वालद का की नाम है? जल्ला। ये तो लोटी पई है। हां कितनी उम्र से हो तुम्हारी? उधर मेरी उम्र है 7 साल दी। 7 साल दी। हां ते ओदो ਤੁਸੀਂ ਕਿਹੜੇ ਪਿੰਡ 'ਚ ਰਹਿੰਦੇ ਸੀ? ਅਸੀਂ ਰਹਿੰਦੇ ਸੀ ਕੋਟ ਮਾਈ ਖਾਨ। ਕੋਟ ਮਾਈ ਖਾਨ। ਹਾਂ ਇਹ ਜਿਹੜਾ ਕੋਟ ਮਾਈ ਪਿੰਡ ਹੈ। ਹਾਂ ਇਹ ਉਦੋਂ ਸਾਰਾ ਮੁਸਲਮਾਨਾਂ ਦਾ ਸੀ ਜਾਂ ਕੋ ਗੈਰ ਮੁਸਲਮ ਵੀ ਸਨ? ਇਹ ਜਨਾਬ ਮੌਜ਼ਾ ਗੁਰਦਿੱਤਾ ਹੈ। ਹਾਂਜੀ ਮੇਰੇ ਨਾਨੇ ਇਹ ਪਿੰਡ ਆਣ ਬੱਦਾ ਮੇਰੇ ਨਾਨੇ ਸਹੀ ਤੇ ਰਕਬਾ ਹਾ ਮੇਰੇ ਨਾਨੇ ਦਾ ਗੁਰਦਿੱਤੇ ਵਾਲਾ ਵੀ ਤੇ ਇਹ ਵੀ ਹਜ਼ਾਰ ਦਾ ਰਕਬਾ ਤੇ ਨਾਨੇ ਮੇਰੇ ਇੱਕ 500 ਜਿਹੜਾ ਕਿੱਲਾ ਨਾ ਉਹ ਦਿੱਤਾ ਉਸ ਪੀਰ ਨੂੰ। ਅੱਛਾ ਨਾਂ ਤੋਂ ਪਿੰਨਾ ਰਹਿੰਦਾ ਤੇ 500 ਕਿੱਲਾ ਉਹਨੂੰ ਦੇ ਨਾਂ ਕਰਾਇਆ ਚਾ ਤੇ 500 ਆਪ ਰੱਖ ਲਿਆ। ਜਿਹੜਾ ਤੁਹਾਡਾ ਨਾਨਾ ਸੀ ਜਿਹਨੇ ਪਿੰਡ ਆ ਕੇ ਬੰਨਿਆ ਸੀ, ਹਾਂ ਉਹਦਾ ਕੀ ਨਾਂ ਸੀ? ਮਾਈ ਖਾਂ। ਮਾਈ ਖਾਂ। ਹਾਂ ਮੇਰੇ ਨਾਨੇ ਦਾ ਨਾਂ ਮਾਈ ਖਾਂ। ਤੇ ਇਹਦੇ ਵਿੱਚ ਗੈਰ ਮੁਸਲਮ ਵੀ ਸਨ? ਇਹਦੇ ਵਿੱਚ ਆਇਆ ਹੈ ਆ ਕਿਰਾੜ। ਕਿਰਾੜ ਕੁੱਤਾ ਕੁੱਤਾ ਮੈਨੇ ਜੱਗੂ ਫਕੀਰੀਆ ਸਵਾਣੀ ਉਹਦੇ ਨਾਂ ਜਵਾਲੀ। ਸਵਾਣੀ ਉਹਦੀ ਜਵਾਲੀ ਹੈ। ਉਸ ਤੋਂ ਪਹਿਲੇ ਇੱਥੇ ਤੁਸੀਂ ਬਿਲਕੁਲ ਅਮਨ ਅਮਾਨ ਰਹਿੰਦੇ ਸੀ? ਕੋਈ ਲੜਾਈ ਝਗੜਾ ਨਹੀਂ? ਕੋਈ ਲੜਾਈ ਝਗੜਾ ਨਹੀਂ ਆ। ਇਹ ਮੇਰਾ ਨਾਨਾ ਇਹ ਸਾਨ ਤੇ ਰੇਡੀ ਬੜੀ ਆਏ ਠੀਕ ਇੱਕ ਦੋ ਰਿਆਏ ਬਾਇਆ ਸੂ ਪਿੰਡ ਇਹ ਸਾਨ ਬੰਨਿਆ ਇਹ ਤੇ ਆ ਦੇ ਰਕਬੇ ਚ ਨਾਨੇ ਨੇ। ਹਾਂ ਤੇ ਜਿਸ ਵੇਲੇ ਇਹ ਆ ਗਿਆ ਉਸ ਤੋਂ ਬਾਅਦ ਉਹ ਵੀ ਉੱਥੋਂ ਗੁਰਦਿੱਤੇ ਝੂਠੀ ਜਾ ਦਰਬਾਰੀ ਉਹ ਸੀ ਆਣ ਤੇ ਆਇਆ ਦੇ ਇਹਨਾਂ ਕਿੱਲਿਆਂ ਦੇ ਵਿੱਚ ਆਣ ਤੇ ਆ ਦੇ ਹਵੇਲੀ ਵਾਲ ਲਈ ਦਰਬਾਰੀ ਨੇ। ਹਾਂ ਦਰਬਾਰੀ ਨੇ ਇੱਥੇ ਆਉਣ ਤੇ ਆਦਮ ਬੋਹ ਜਿਹੜੀ ਰਾਹ ਕੰਝ ਦਿੱਤੀ ਰਾਹ ਕਹਿੰਦੇ ਆ ਸਜਵਾਰਾ ਅਮੀਰ ਨਿਆਲ ਮਾਨੁਕ ਅਤੇ ਸਜਵਾਰੇ ਦਾ ਪੋਤਰਾ ਮੁਹੰਮਦ ਅਲੀ ਇਹ ਇਹਦੇ ਰਾਹ ਕਾ ਹੈ। ਇਹ ਦਰਬਾਰੀ ਦਾ ਰਕਬਾ ਵਾਹਵਾ ਸੀ? ਵਾਹਵਾ ਰਕਬਾ ਅੰਦਾਜ਼ੇ ਰਕਬਾ ਇਹਦਾ ਇੱਥੇ ਕੋਈ ਦੋ ਕੁ ਮਰਬੇ ਦਾ ਰਕਬਾ। ਹਾਂ ਦਰਬਾਰੀ ਦਾ। ਹਾਂ ਦਰਬਾਰੀ ਦਾ ਅਤੇ ਉਹ ਜਿਹੜਾ ਸਿਰਦਾਰੀ ਵੱਜਦਾ ਉਹ ਉੱਥੇ ਜਿਹੜਾ ਉਹਦਾ ਵੀ ਉੱਥੇ ਸਵੇ 4 ਮਰਬੇ ਨਾਲ ਬੋਇਆ ਕੋਈ ਉੱਥੇ ਆਏ 2 ਮਰਬੇ ਕੋਈ ਇੱਥੇ ਆਏ ਅਤੇ ਇਹ ਦਿੱਤਾ ਹੋਇਆ ਇਹ ਵੀ ਜਿਹੜਾ ਨੇ ਇਹ ਮੇਰੇ ਨਾਨਕਿਆਂ ਰਕਬੇ ਦਿੱਤੇ ਹੋਇਆ ਇਹਨਾਂ ਨੂੰ ਦਿੱਤੇ ਹੋਇਆ ਨੇ। ਠੀਕ। ਹਾਂ ਤੁਸੀਂ ਪਹਿਲੇ ਦੇ ਵੀ ਯਾਨੀ ਕਿ ਇੱਥੇ ਆਬਾਦ ਜੀ? ਪਹਿਲੇ ਦੇ ਅਸੀਂ ਪਹਿਲੇ ਦੇ ਆਬਾਦ ਆਏ ਸੀ। ਅਤੇ ਜਦੋਂ ਵੀ ਪਹਿਲੇ ਤੁਸੀਂ ਐਡੇ ਅਮਨਾ ਅਮਾਨ ਵਸਦੇ ਸੀ ਹਾਂ ਯਕਦਮ ਫਿਰ ਇਹ ਕੀ ਬਣਿਆ ਕਿ ਵੀ ਉਹਨਾਂ ਨੂੰ ਜਿਹੜਾ ਨਾ ਇਹ ਲਹਿੰਦਾ ਪੰਜਾਬ ਛੱਡ ਕੇ ਅਤੇ ਚੜ੍ਹਦੇ ਪੰਜਾਬ ਨੂੰ ਜਾਣਾ ਪਿਆ? ਹਾਂ ਇਹ ਜਿਹੜਾ ਆ ਨਾ ਕੀ ਆਪਣਾ ਸੁਣਿਆ ਯਾਰ ਆਪਣਾ ਬਾਦਸ਼ਾਹ ਨਹੀਂ ਹੋਇਆ ਉਦੋਂ ਜਿਸ ਮਨ ਕੀਤੀ ਆਈ ਮੇਰੇ ਮੂੰਹ ਦੇ ਆ ਕਾਇਦੇ ਆਦਮ ਇਹ ਕਾਇਦੇ ਆਦਮ ਦਾ ਕੰਮ ਆ ਇਹਦਲਿਆਂ ਨੂੰ ਉਹਦੇ 'ਚ ਗੱਲਿਆ ਅਤੇ ਉਹਦਲਿਆਂ ਨੂੰ ਉਹਦੇ 'ਚ ਗੱਲਿਆ ਇਹ ਉਸ ਮਨ ਕੀਤੀ ਆਈ ਕਾਇਦੇ ਆਦਮ ਜਿੰਦੀ ਅਜਿਹਾ ਮੋਹਰ ਹੈ ਆਪਣੇ ਰੁਪਈਆਂ 'ਤੇ ਚੱਲਦੀ ਪਈ। ਇਹ ਜਦੋਂ ਮਸਲਾਂ ਵੀ ਲੋੜ ਤੋੜ ਪੈ ਗਈ ਉਹ ਜਿਹੜੇ ਇੱਥੇ ਗੈਰ ਮੁਸਲਮ ਸਨ ਹਿੰਦੂ ਸਨ ਜਾਂ ਸਿੱਖ ਸਨ ਜਿਹੜੇ ਇੱਥੇ ਲੋਟੀ ਪਈ ਪਿੱਛੇ ਕਿ ਪਹਿਲੇ 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 ਕਿਰਾੜ ਹੈ ਕੰਬੋ ਹੈ ਸਿੱਖ ਹੈ ਇਹ ਤਰਾਏ ਕੋ ਮਾਈ ਹੈ ਸਹੀ ਇੱਥੇ ਜਿਹੜੀ ਮੁਸਲਮਾਨਾਂ ਨਾਲ ਰਾਤ 'ਤੇ ਬਸਦੀਆਂ ਸਹੀ ਹਾਂ ਇਹ ਤਿੰਨ ਕੋ ਮਾਈ ਹੈ ਜਦੋਂ ਫਿਰ ਗਏ ਨੇ ਹਾਂ ਉਹ ਦਿਨ ਨੂੰ ਇੱਥੋਂ ਨਿਕਲੇ ਸੀ ਜਾਂ ਰਾਤ ਨੂੰ ਇੱਥੋਂ ਜਨਾਬ ਦੇ ਹੀ ਜਾਂਦੇ ਨੇ ਰਾਤ ਨਹੀਂ ਗਏ ਉਹਨਾਂ ਨੂੰ ਇੱਥੇ ਮੁਸਲਮਾਨਾਂ ਨੇ ਕੋਈ ਪਰੇਸ਼ਾਨ ਕੀਤਾ ਹੋਵੇ ਉਸ ਟਾਈਮ ਕੋਈ ਉਹਨਾਂ ਦਾ ਸਮਾਨ ਖੋਇਆ ਖਿੱਚਿਆ ਹੋਵੇ ਸਾਡੇ ਏਰੀਏ ਦੇ ਵਿੱਚ ਜਿਹੜਾ ਹੈ ਨਾ ਕਿਸੇ ਬੰਦੇ ਨੂੰ ਮਾਰਿਆ ਨਹੀਂ ਸਹੀ ਕਿਸੇ ਬੰਦੇ ਨੂੰ ਗਾਲ ਨਹੀਂ ਕੱਢੀ ਸਹੀ ਜਿਹੜਾ ਕੁਝ ਮੈਂ ਦੇਣਾ ਸਹੀ ਇਹ ਹੈ ਵੀ ਪਏ ਬੰਦੇ ਗੁਰਦਿੱਤੇ ਵਾਲੇ ਪਏ ਮੁਸਲਮਾਨ ਸ਼ਾਨ ਮਾਜ ਵਾਲੇ ਪਏ ਇਦੋਂ ਤਾਲੇਬੜੀ ਵਾਲੇ ਪਏ ਕਈ ਮਮੂਨਪੁਰ ਆਏ ਉਹ ਪਏ ਜਾਂ ਡਬਈ ਵਾਲੇ ਕਈ ਪਏ
ਉਹ ਜਿਹੜੇ ਜਿੱਥੇ ਜਿੱਥੇ ਉਹ ਹਿੰਦੂ ਆਏ ਇਹਨਾਂ ਤਰ੍ਹਾਂ ਉਹ ਮੁਸਲਮਾਨਾਂ ਲੁੱਟ ਕੀਤੀ ਸਹੀ ਇਹ ਜਿਹੜਾ ਪਿੰਡ ਮਹਿਮੂਦਪੁਰ ਹੈ ਹਾਂ ਇਹ ਵੀ ਮੁਸਲਮਾਨਾਂ ਦਾ ਸੀ ਨਹੀਂ ਇਹ ਹਿੰਦੂਆਂ ਦਾ ਬਾਦੇ ਵੈਦਿਆ ਹੈ ਹਿੰਦੂ ਅੱਛਾ ਇਹਦੇ ਵਿੱਚ ਉਹ ਨਾਮ ਦੇ ਜਿਹੜੇ ਆਏ ਨਾ ਮੁਸਲਮਾਨ ਕੋਈ ਨਹੀਂ ਆ ਸਾਰੇ ਹਿੰਦੂ ਆਏ ਅਤੇ ਜਿਹੜਾ ਗੁਰਦਿੱਤਾ ਗੁਰਦਿੱਤੇ ਵਿੱਚ ਪੀਰ ਆਏ ਸੀ ਕਿ ਉਹ ਗਰ ਕਿਰਾੜਾ ਦਾ ਇੱਕੋ ਗੱਲ ਸ਼ਾਰ ਮਾਜ ਇੱਥੇ ਸਿੱਖ ਆ ਕਸ਼ਮੀਰਾਂ ਹੁੰਦੇ ਨਾ ਹਾਂ ਉਹ ਆ ਉਹਦਾ ਰਕਬਾ ਠੀਕ ਹੈ ਪਠਾਣਾਂ ਦਾ ਰਕਬਾ ਬਸ ਇਹ ਦੋ ਗੱਲ ਹੈ ਦੂਏ ਰਹਿ ਆਇਆ ਹੈ ਇਹ ਜਿਹੜੇ ਪਠਾਣ ਨੇ ਇਹ ਪਹਿਲੇ ਦੇ ਇੱਧਰ ਦੇ ਨੇ ਇਹ ਪਹਿਲੇ ਦੇ ਇੱਧਰ ਹੈ ਪਹਿਲੇ ਉਹ ਕਸ਼ਮੀਰਾ ਸਿੱਖ ਸੀ ਉਹ ਕਸ਼ਮੀਰਾ ਸਿੱਖ ਚਲਾ ਗਿਆ ਕਹਿੰਦੇ ਉਹਦੇ ਜਿਹੜੇ ਆਏ ਨਾ ਜੱਟ ਅਤੇ ਇਹਨਾਂ ਤੇਰਾ ਬੋਦਲੇ ਉਹ ਰਕਬੇ ਉਹਦਾ ਉਹਨਾਂ ਬੋਦਲਿਆਂ ਅਤੇ ਜੱਟਾਂ ਨੂੰ ਪੈ ਗਿਆ ਅਤੇ ਬਟੀਆਂ ਨੂੰ ਇਹ ਕੌਮ ਹੈ ਅਤੇ ਜਿਹੜਾ ਚੱਕ ਤਾਲਬ ਅਲੀ ਸੀ ਤਾਲਬ ਅਲੀ ਸਾਰਾ ਪਠਾਣਾਂ ਦਾ ਵਿਆਹਿਆ ਸਿਰ ਉਹ ਸਭ ਪਠਾਣਾਂ ਦਾ ਹਾਂ ਸਭ ਪਠਾਣਾਂ ਦਾ ਹੋਰ ਜਿਹੜਾ ਹਾਂ ਬਟਿੰਗਾ ਬਟਿੰਗੇ ਵਿੱਚ ਨੀ ਦੋ ਸਿੱਖਾਂ ਨੇ ਅਤੇ ਚਾਰ ਪੰਜ ਖੂਹਾਂ ਨੇ ਕੰਬੋਆਂ ਦੇ ਕੰਬੋ ਅਤੇ ਸਿੱਖਾਂ ਨੇ ਮੁਸਲਮਾਨ ਉੱਥੇ ਥੋੜ੍ਹੇ ਆ ਇਹ ਜਿਹੜਾ ਬਟਿੰਗਾ ਪਿੰਡ ਜੀ ਹਾਂ 27 SP ਜਿਹੜਾ ਬਟਿੰਗਾ ਵੱਜਦਾ ਹਾਂ ਹਾਂ ਇਹਦੇ ਵਿੱਚ ਅਕਸਰੀਅਤ ਲੋਟੀ ਤੋਂ ਪਹਿਲੇ ਹਾਂ ਸਿੱਖਾਂ ਦੀ ਅਤੇ ਹਿੰਦੂਆਂ ਦੀ ਸੀ ਹਾਂ ਤੈਨੂੰ ਦੱਸਿਆ ਪਿਆ ਵੀ ਇਹਦੇ ਵਿੱਚ ਆਇਆ ਵਾ ਜਿਹੜਾ ਇਹਦੇ ਵਿੱਚ ਇੱਕ ਘਰ ਸਾਡਾ ਹੀ ਆ ਉਹ ਵੀ ਅਸਾਂ ਇਹਨਾਂ ਜਾਵਾਂ ਤੋਂ ਪਹਿਲੇ ਤਬਾਦਲਾ ਕੀਤਾ ਹੈ ਸਾਡੀ 45 ਕਿੱਲਾ ਬੋਏ ਇੱਥੋਂ ਲਈ ਆਈ ਇੱਥੋਂ ਅਤੇ 60 ਕੁ ਮਾਂ ਲਈ ਆਈ ਅਸਾਂ ਇਸ ਨਾਲੇ 'ਚੋਂ ਇੱਥੇ ਵੀ ਉਹ ਆ ਕੰਬੋ ਆਇਆ ਅਤੇ ਇੱਥੇ ਵੀ ਕੰਬੋ ਆਇਆ ਨਾ ਸਿੱਖਾਂ ਸਿੱਖ ਮਾਰਿਆ ਹੋਇਆ ਆ ਸਾਡਾ ਤਬਾਦਲਾ ਹੋਤੇ 'ਚੋਂ ਚੱਲਿਆ ਉਹ 60 ਮੱਡੇ ਕਾ ਉੱਥੇ ਆਇਆ ਅਤੇ ਦੂਈ ਉਹ ਜਾਣੇ ਸਾਂਭ ਕੇ ਸਾਰੀ ਸਾਡੀ ਉੱਥੋਂ ਤਬਾਦਲਾ ਇਹਨਾਂ ਕੰਬੋਆਂ ਨਾਲ ਕੀਤਾ 60 ਕਿੱਲਾ ਆ ਗਿਆ ਨਾਲੇ ਦੇ ਐਸ ਮਨੇ ਖੂਹ ਅਤੇ 45 ਆ ਗਿਆ ਨਾ 8 ਅਤੇ 40 ਆ ਗਿਆ ਆਪਣੇ ਬਟਿੰਗੇ ਉਹ ਪਹਿਲਾ ਖੂਹ ਅਜੇ ਸਰੇਮ ਘਰ ਉੱਥੇ ਮਰਜ਼ੀ ਬੋਏ ਪਈ ਹੈ ਨਾ ਉੱਥੇ ਦੂਆ ਅਜਿਹਾ ਮਰਜ਼ੀ ਤੈਨੂੰ ਤਾਂ ਪਤਾ ਹੈ ਇਹ ਇਹ ਬੋਏ ਕਮਾਵਾਂ ਕੋਲ ਸਾਂਭਾ ਹੀ ਅਤੇ ਉਹ ਕਮ 60 ਵਾਲੀ ਕਮਾਉਣ ਦੇ ਦਿੱਤੀ ਇਹ 4 ਸਾਲ ਪਹਿਲੇ ਤਬਾਦਲਾ ਹੋਇਆ 4 ਸਾਲ ਪਿੱਛੇ ਮਣੇ ਹਿੰਦੂ ਇੱਥੋਂ ਗਏ ਇਹ ਜਿਹੜਾ ਬਟਿੰਗਾ ਪਿੰਡ ਹੈ ਹਾਂ ਇਹਦੇ ਜਿਹੜੇ ਖੂਹ ਸਨ ਹਾਂ ਇਹ ਉਦੋਂ ਚੱਲਦੇ ਸਨ ਲੋਟੀ ਤੋਂ ਪਹਿਲੇ ਚੱਲਦੇ ਸਾਰੇ ਚੱਲਦੇ ਖੂਹ ਹੀ ਤਾਂ ਚੱਲਦੇ ਆ ਸਹੀ ਖੂਹ ਹੀ ਚੱਲਦੇ ਆ ਅਤੇ ਰੇਜ ਦਾ ਪਾਣੀ ਜਿਹੜਾ ਹੈ ਉਹ ਆਈਏ ਜਿਹੜੀਆਂ ਨਾੜੀ ਫੇਰਦਾ ਪਈਏ ਮਾਂਦੀ ਆਈ ਸਹੀ ਕਿਸੇ ਜ਼ਮਾਨੇ ਸਾਡੇ ਵੜਕੇ ਦੱਸਦੇ ਆ ਮੈਂ ਤੈਨੂੰ ਕਰਦਾ ਹਾਂ ਗੱਲ ਜਦੋਂ ਸਾ ਉਹ ਬੋਹ ਛੱਡੀ ਹੋਤੇ ਵਾਲੀ ਸਾਡੇ ਵੜਕਿਆਂ ਨੂੰ ਸੱਟਾਂ ਵੱਜੀਆਂ ਆਈਆਂ ਆਹ ਤਬਾਦਲਾ ਜਿਹੜਾ ਤੈਨੂੰ ਦੱਸਿਆ ਜਿਹੜਾ ਲਿਆਉਂਦਾ ਇਹ ਮੁੜ ਜਾ ਦਵਾ ਗਿਆ ਚੱਕ ਬੇਦੀ ਬੇਦੀ ਕੋਲ ਅਤੇ ਬੇਦੀ ਆ ਉਸ ਆਖਿਆ ਮੈਂ ਤੁਹਾਨੂੰ ਬੋਹ ਕਢਾ ਦੇ 3 ਸਾਲ ਪਹਿਲੇ ਜੀ ਆਦੇ ਤੁਹਾਨੂੰ ਮੋਤਿਆਂ ਦੀ ਬੋਹ ਕਢਾ ਦੇ ਸਾ ਉਹ ਤੂੰ ਲੋਟੀ ਬਹਿ ਬਹਿ ਸਿੱਖ ਉਹਦੇ ਵਗ ਗਏ ਬੇਦੀ ਅਸੀਂ ਉੱਥੇ ਹੀ ਰਹਿ ਗਏ ਸਾਡੇ ਵਿੱਚੋਂ ਇੱਕ ਗਾਰ ਉੱਥੇ ਜਾ ਅਤੇ ਉਸ ਵਿੱਚ ਬਹਿ ਗਏ ਬੋਲਦੇ ਉਹਨਾਂ ਬੋਹੇ ਮੱਲੀਏ 50-60 ਕਿੱਲਾ ਉਹਨਾਂ ਪਹਿਲਾਂ ਸਾਨੂੰ ਮਾਰ ਦਿਓ ਉਹ ਤਾਂ ਲੈ ਗਿਆ ਨੇ ਅਤੇ ਅਸੀਂ ਨਹੀਂ ਗਏ ਨਾ ਅਸੀਂ ਇੱਥੇ ਛੋਟੇ ਛੋਟੇ ਸਾਡੇ ਪਿਓ ਆਏ ਬੱਚੇ ਜਿਹੜੇ ਵੱਡੇ ਆ ਉਹਨਾਂ ਸੱਟਾਂ ਮਾਰੀਆਂ ਉਹ ਕੋਈ ਸਮੇਂ ਮਰ ਗਏ ਅਤੇ ਉਹਦੇ ਕੌਣ ਜ਼ਿਆਦੇ ਆ ਕੁਛ ਵੱਡਾ ਹੋਵੇ ਆ ਤਾਂ ਜ਼ਿਆਦੇ ਆ ਬਟਿੰਗੇ ਦੇ ਵਿੱਚ ਕੰਬੋਵਾਂ ਕੋਲ ਕਿਹੜੇ ਕਿਹੜੇ ਖੂਹ ਸਨ ਕੰਬੋਵਾਂ ਕੋਲ ਆਹ ਓਲਾ ਖੂਹ ਹੀ ਆ ਬੋਲੇ ਵਾਲਾ ਅੱਛਾ ਆ ਜਿੱਥੇ ਨਾਂ ਦਾ ਦਿਲਾਵਰ ਕੀ ਜ਼ਮੀਨ ਹੈ ਆ ਓਲਾ ਪਿੱਪਾ ਦਾ ਖੂਹ ਉਸ ਕੰਬੋ ਦਾ ਕੋਈ ਨਾਂ ਸਾਡੇ ਯਾਦ ਉਹ ਖੂਹ ਉਹਦੇ ਨਾਂ ਬੋਲਾ ਕੰਬੋ ਬੋਲਾ ਕੰਬੋ ਹਾਂ ਅਤੇ ਜਿਹੜਾ ਹਾਂ ਉਹ ਪਹਿਲਾ ਖੂਹ ਪੱਕਾ ਉਹ ਗੁਰਦੀਪ ਸਿੰਘ ਦਾ ਹੀ ਆ ਗੁਰਦੀਪ ਸਿੰਘ ਸਿੱਖ ਦਾ ਸਿੱਖ ਦਾ ਉਹ ਖੂਹ ਉਹਦਾ ਹੀ ਆ ਅਤੇ ਜਿੱਥੇ ਆਰ ਐਸ ਦੀ ਜਗ੍ਹਾ ਹੈ ਇਹ ਅਤੇ ਆਹ ਦੁਆ ਨਹੀਂ ਜਿੱਥੇ ਆ ਮਰਿਆ ਦੁਆ ਕੀ ਆਪਣਾ ਛੋਲ ਅਸਾਂ ਇੱਦਾਂ ਇਹ ਥਾਂ ਹੀ ਆ ਉਹ ਸਿੱਖ ਦੀ ਉੱਥੇ ਇੱਥੇ ਦਰਵਾਜ਼ਾ ਉੱਤੇ ਮੋੜ ਬਣਿਆ ਹੋਇਆ ਇਹ ਦਰਵਾਜ਼ਾ ਉਹਦਾ ਹੀ ਆ ਅਤੇ ਦੂਏ ਦਾ ਹੀ ਆ ਔਸ ਬਣੇ ਉਹ ਔਸ ਬਣੇ ਜਿਹਦੇ ਦਿਲਾਵਾ ਰੂੜੀ ਹੈ ਅਤੇ ਇਹ ਉਹ ਖੂਬ ਬੜਿਆ ਵਾਲਾ ਬੈਦਾ ਨਹੀਂ ਉਹ ਸਿੱਖ ਦੇ ਨਾਲ ਬੋਲਾ
ਤੇ ਖਬਰ ਡੋਰਾ ਕੀ ਤੇ ਇਹ ਗੁਰਦੀਪ ਸਿੰਘ ਦਾ ਆਹ ਖੂਹ ਹੋ ਗਿਆ ਸਹੀ ਤੇ ਦੂਈ ਜਿਹੜੀ ਬੂਹੇ ਆਈ ਹਾਂਜੀ ਦੂਈ ਇੱਕ ਖੂਹ ਹੀ ਆ ਇਹਨਾਂ ਦਾ ਉਹ ਜਿਹੜਾ ਅਕਰਿਆ ਜੀ ਕੋਲ ਉਹ ਵਗਾਂ ਤੇ ਇੱਕ ਖੂਹ ਆਈ ਆ ਉਹ ਇਹਨਾਂ ਦੀ ਬਲਾਦਰੀ ਆਈ ਉਹ ਵੀ ਉੱਥੇ ਬੈਠੀ ਇੱਕ ਖੂਹ ਆਈ ਆ ਜਿੱਥੇ ਹਸਨ ਬੈਠਾ ਹੈ ਉਹ ਵੀ ਸਿੱਖ ਹਸਨ ਢੁੱਡੀ ਆਹ ਡਾਰੀ ਜਿਹੜਾ ਮਰ ਗਿਆ ਇਹਦੀ ਉਹ ਸਿੱਖ ਲਾਈ ਆ ਤੇ ਹੋਰ ਕਿਹੜਾ ਮੈਂ ਦੱਸਾਂ ਕਮੋਆਂ ਦੇ ਖੂਹ ਜਿਹੜਾ ਵੱਡਾ ਖੂਹ ਹੈ ਅਜੇ ਤਾਂ ਸਰੀਕੇ ਦੀ ਬੋਏ ਹੈ ਉਹ ਵੀ ਕੰਬੋਆਂ ਦਾ ਹੀ ਆ ਬੁੱਢੀ ਵਾਲਾ ਖੂਹ ਵੀ ਕੰਬੋਆਂ ਦਾ ਹੀ ਆ ਤੇ ਇਹ ਜਿਹੜੇ ਤੁਸੀਂ ਖੂਹਾਂ ਦੇ ਨਾਂ ਲੈਂਦੇ ਪਏ ਜੇ ਇਹ ਪਹਿਲੇ ਦੇ ਨਾਂ ਇਹ ਨੇ ਬੁੱਢੀ ਵਾਲਾ ਖੂਹ ਤੇ ਵੱਡਾ ਖੂਹ ਹਾਂ ਉਹਨਾਂ ਹਿੰਦੂਆਂ ਦੇ ਆਇਆ ਨਾ ਪਹਿਲੇ ਸਹੀ ਪਹਿਲੇ ਦੇ ਹਿੰਦੂ ਇੱਥੇ ਬੈਠੇ ਆ ਅੱਗੂ ਮੋੜੋ ਨਿੱਕਾ ਖੂਹ ਜਿਹੜਾ ਵੱਜਦਾ ਹੈ ਸਦੀਕੇ ਕਾ ਖੂਹ ਅਗਲਾ ਜਿੱਥੇ ਉਹ ਪੁੰਨੂ ਦੀ ਬਿਜਲੀ ਲੱਗੀ ਹੋਈ ਹੈ ਉਹ ਵੀ ਇਹਨਾਂ ਦਾ ਹੀ ਆ ਕੰਬੋਆਂ ਦਾ ਜਿਹੜਾ ਆਹ ਐਡੇ ਆਹ ਲਾਈ ਬੈਠਣ ਬਿਜਲੀਆਂ ਇੱਥੇ ਖੂਹ ਵੀ ਕੰਬੋਆਂ ਦਾ ਹੀ ਆ ਅੱਗੂ ਮਾਰੂ ਵਾਲਾ ਖੂਹ ਵੀ ਕੰਬੋਆਂ ਦਾ ਹੀ ਆ ਜਿਹੜਾ ਆਹ ਖੂਹ ਹੈ ਅਗਾਂਹ ਜਿੱਥੇ ਮਾਰਾ ਤਬਾਦਲਾ ਸਾ ਕੀਤਾ ਉਹ ਵੀ ਕੰਬੋਆਂ ਦਾ ਹੀ ਆ ਯਾਨੀ ਕਿ ਬਟਿੰਗੇ ਪਿੰਡ ਦੇ ਵਿੱਚ ਜ਼ਿਆਦਾ ਕੰਬੋ ਜ਼ਿਆਦਾ ਘਰ ਚਾਰ ਘਰ ਸਿੱਖਾਂ ਦੇ ਹੈ ਨੰਬਰਦਾਰੀ ਵੀ ਕੰਬੋਆਂ ਦੀ ਸੀ ਨੰਬਰਦਾਰੀ ਹੈ ਸਿੱਖਾਂ ਦੀ ਤੋ ਜਿਹੜਾ ਸਿੱਖ ਨੰਬਰਦਾਰ ਸੀ ਹਾਂ ਉਹ ਸਿੱਖ ਦਾ ਨਾਂ ਕੀ ਸੀ ਉਹਦਾ ਮੈਨੂੰ ਪਤਾ ਨਹੀਂ ਉਹਦਾ ਨਾਂ ਤਾਂ ਨਹੀਂ ਪਤਾ ਨਹੀਂ ਨਹੀਂ ਹਾਂ ਨੰਬਰਦਾਰੀ ਦਾ ਪਤਾ ਨਹੀਂ ਤੈਨੂੰ ਮੈਂ ਆਣਾ ਵੀ ਇਸ ਦਾ ਗੁਰਜੀਤ ਸਿੰਘ ਹੈ ਜਿਹੜਾ ਪੱਕੇ ਖੂਹ ਤੇ ਉਹ ਤਾਂ ਜੀ ਬਜ਼ੁਰਗ ਠੀਕ ਹੋ ਗਿਆ ਵੀ ਜਿਹੜਾ ਉਸ ਟਾਈਮ ਨੰਬਰਦਾਰ ਸੀ ਉਹਦਾ ਰੌਲਾ ਇਹ ਬਈ ਹੁਣ ਮੈਨੂੰ ਪਤਾ ਹੁੰਦਾ ਨੰਬਰਦਾਰ ਬਈ ਗੁਰਦੀਪ ਸਿੰਘ ਆ ਜਾਂ ਭੋਲੇ ਵਾਲਾ ਸਹੀ ਇਹ ਪਤਾ ਵੀ ਯਾਨੀ ਕਿ ਨੰਬਰਦਾਰ ਸੀ ਜਿਹੜਾ ਉਹ ਵੀ ਜਾਂ ਸਿੱਖ ਸੀ ਜਾਂ ਹਿੰਦੂ ਸੀ ਹਾਂ ਹਿੰਦੂ ਸਿੱਖ ਆ ਸਹੀ ਹਾਂ ਮੁਸਲਮਾਨਾਂ ਦੇ ਘਰ ਥੋੜ੍ਹੇ ਹਾਂ ਮੁਸਲਮਾਨਾਂ ਦੇ ਘਰ ਤਾਂ ਹਾਈ ਥੋੜ੍ਹੇ ਇਹ ਜਿਹੜੇ ਉਹ ਹਿੰਦੂ ਸਨ ਜਾਂ ਸਿੱਖ ਸਨ ਹਾਂ ਉਹਨਾਂ ਦੇ ਉਹ ਪਿੰਡ ਦੇ ਵਿੱਚ ਉਹ ਘਰ ਜਿਹੜੇ ਨੇ ਉਹ ਮਸਲਾਂ ਵੀ ਕਿਹੜੀ ਜਗ੍ਹਾ 'ਤੇ ਸਨ ਵੀ ਹੁਣ ਵੀ ਮਿਸਾਲ ਦੇ ਤੌਰ 'ਤੇ ਹੁਣ ਜਿਹੜਾ ਪਿੰਡ ਹੈ ਨਾ ਇਹ ਜਿੰਨੇ ਤਿੰਨ ਮੈਂ ਖੂਹ ਦੱਸੇ ਇਹ ਖੂਹ ਵਾਂਦੇ ਆ ਤੇ ਸਾਰਿਆਂ ਦੀ ਵਸੋਂ ਪਿੰਡ ਵਿੱਚ ਹੈ ਕੰਬੋਆਂ ਦੀ ਸਿੱਖਾਂ ਦੀ ਵੀ ਕਿਲਾੜ ਆ ਕੋਈ ਬੈਠਾ ਸਭ ਪਿੰਡ ਵਿੱਚ ਆ ਇਹਨਾਂ ਖੂਹਾਂ 'ਤੇ ਕਿਸੇ ਦੀ ਵਸੋਂ ਕਾਇ ਨਹੀਂ ਹੈ ਸਹੀ ਅਤੇ ਉਹਨਾਂ ਦਾ ਮਾਲਾਂ ਦੀ ਆਈ ਮਾਰ ਖੂਹ ਵਾਂਦਿਆ ਨਾ ਮਾਲਾਂ ਦੀ ਜਗ੍ਹਾ ਬਣਾਈ ਉਹਨਾਂ ਦਾ ਜਿਹੜਾ ਸਿੱਖਾਂ ਦਾ ਇੱਥੇ ਕੋਈ ਗੁਰਦੁਆਰਾ ਜਾਂ ਹਿੰਦੂਆਂ ਦਾ ਕੋਈ ਮੰਦਰ ਹੈਗਾ ਸੀ ਬਿਟਿੰਗੇ ਇੱਥੇ ਕੋਈ ਨਹੀਂ ਹੈ ਸਹੀ ਇੱਥੇ ਕੋਈ ਨਹੀਂ ਮੁਸਲਮਾਨਾਂ ਦੀ ਕੋਈ ਮਸੀਤ ਮਸੀਤ ਹੈ ਮਸੀਤ ਵੱਡੀ ਹੈ ਜਿਹੜੀ ਹੁਣ ਬਣੀ ਹੈ ਅਤੇ ਉਹ ਪਿੱਛੇ ਤੋਂ ਮੁੜ ਮਸੀਤ ਹੁਣ ਹੋ ਗਈ ਹੈ ਛੇ ਤਾਂ ਤੈਨੂੰ ਪਤਾ ਹੀ ਹੈ ਨਹੀਂ ਉਹ ਤਾਂ ਠੀਕ ਹੈ ਵੀ ਇਹ ਮਸਜਿਦ ਪਹਿਲੇ ਦੀ ਇਹ ਪਹਿਲੇ ਦੀ ਹੈ ਸ਼ੁਰੂ ਤੋਂ ਸਹੀ ਹਾਂ ਇਹ ਮੁਸਲਮਾਨਾਂ ਦੀ ਜਿਹੜੀ ਹੈ ਨਾ ਮਸੀਤ ਹੈ ਇਹ ਸ਼ੁਰੂ ਤੋਂ ਜਿਹੜੇ ਵਿੱਚ ਆਇਆ ਨਾ ਦਿਖਾਣ ਬੈਠੇ ਆਏ ਲੁਆਰ ਬੈਠੇ ਆਏ ਇਹ ਜੇ ਬਈ ਕਮੀ ਕਮਾਰਾ ਜਿਹੜਾ ਉਹ ਉੱਥੇ ਨਮਾਜ਼ਾਂ ਪੜ੍ਹਦੇ ਆ ਉਹ ਕਮੀ ਕਮਾਰਾ ਸੀ ਜਿਹੜੇ ਉਹ ਮੁਸਲਮਾਨ ਸਨ ਹਾਂ ਉਹ ਮੁਸਲਮਾਨ ਹੈ ਉਹ ਸਾਰੇ ਮੁਸਲਮਾਨ ਉਹ ਇੱਥੇ ਹੀ ਰਹਿ ਗਿਆ ਜੀ ਉਹ ਕਿਸੇ ਪਾਸੇ ਉਹ ਵੀ ਉੱਠ ਗਿਆ ਉਹ ਹੀ ਸਮੇਂ ਵਿੱਚ ਗਣੇ ਘਰ ਉੱਠ ਗਏ ਕੋਈ ਤਾਲੇ ਬੜੀ ਨਿਕਲ ਗਿਆ ਨਾਈਆਂ ਦਾ ਘਰ ਆ ਉਹ ਤਾਲੇ ਬੜੀ ਵਗ ਗਿਆ ਇੱਕ ਘਰ ਮੋਚੀਆਂ ਦਾ ਉਹ ਵਗ ਗਿਆ ਦੂਏ ਕਬੂਲੇ ਹੋਰ ਕਿਹਨੂੰ ਮੈਂ ਕਿਵੇਂ ਦੱਸਾਂ ਇੱਥੇ ਹੁਣ ਜਿਹੜੇ ਉਦੋਂ ਦੇ ਪਹਿਲੇ ਦੇ ਲੁਹਾਰ ਨੇ ਜਾਂ ਤਰਖਾਣ ਨੇ ਉਹਨਾਂ ਦਾ ਕੋਈ ਮਸਲਾ ਨਾ ਵੀ ਹੈਗਾ ਜਿਹੜੇ ਪਹਿਲੇ ਦੇ ਲੁਹਾਰ ਹੈ ਉਹ ਹੈ ਕਾਇਮ ਲੁਹਾਰ ਅੱਗੋਂ ਦੀ ਬਲਾਦ ਹੈ ਇਹ ਕਾਇਮ ਲੁਹਾਰ ਕੇ ਜਿਹੜੇ ਨੇ ਵੀ ਇਹ ਪਹਿਲੇ ਦੇ ਇੱਥੋਂ ਦੇ ਇਹ ਪਹਿਲੇ ਦੇ ਨਹੀਂ ਸਹੀ ਆਹ ਸ਼ੁਰੂ ਤੋਂ ਇਹ ਲੁਹਾਰ ਹੀ ਨਹੀਂ ਅਤੇ ਜਿਹੜੇ ਨਹੀਂ ਆ ਦਰਖਾਣ ਅਤੇ ਸਾਰੇ ਪਿਛਾਂ ਦੇ ਨਹੀਂ ਉਦੋਂ ਆਏ ਹੋਏ ਇਹ ਦਰਖਾਣ ਜਿਹੜੇ ਉਹ ਇਲਮਾ ਹੈ ਜਾਂ ਸ਼ੇਰਾ ਹੈ ਜਾਂ ਉਹ ਪਹਿਲਾਂ ਲਾਲੂ ਦੇ ਪੁੱਤ ਰਹੇ ਇਹ ਨਿਯਮ ਆਜਾ ਆਏ ਜੀ ਅਤੇ ਇਹ ਦਰਖਾਣ ਜਿਹੜਾ ਹੈ ਨਾ ਦੁਆਰ ਇਹ ਸ਼ੁਰੂ ਤੋਂ ਹੈ ਅਤੇ ਜਿਹੜਾ ਦਰਖਾਣ ਆ ਸ਼ੁਰੂ ਦੇ ਉਹ ਤਾਰੇ ਬਲੀਆ ਰਮਜ਼ਾਨ ਹੋਈ ਉਹਨਾਂ ਦੀ ਇਹਨਾਂ ਖੂਹਾਂ ਨਾਲ ਸੇਪੀ ਹੁੰਦੀ ਹੈ ਬਸ ਇਹ ਮੈਨੂੰ ਹੋਰ ਮੈਂ ਨਹੀਂ ਮਰਾਸੀਆਂ ਦਾ ਵੀ ਕੋਈ ਕਾਰ ਉਦੋਂ ਹੈਗਾ ਸੀ ਇੱਥੇ ਜਦੋਂ ਇੱਥੇ ਹਿੰਦੂ ਸਿੱਖ ਰਹਿੰਦੇ ਸਨ ਮੇਰਾ ਸੀ ਸਾਰੇ ਨਹੀਂ ਕੋਈ ਨਹੀਂ ਅਗਲਾ ਘਰ ਮਿਰਾਸੀਆਂ ਦਾ ਕੋਈ ਨਹੀਂ ਆ ਸਾਰੇ ਉਦੋਂ ਹੀ ਆਏ ਜਿਹੜੇ ਮਿਰਾਸੀ ਹੈ ਨਾ ਇਕਬਾਲ ਮਿਰਾਸੀ ਹੈ ਜਿਹੜਾ ਮਰਿਆ ਹੈ ਉਹਦਾ ਪਿਓ ਹੈ ਜਾਂ ਜੀਰੇ ਉੜੀਆਂ ਹੈ ਜਾਂ ਬਸ਼ੀਰ ਉੜੀਆਂ ਹੈ ਜਾਂ ਜੀ ਜਿਹੜਾ ਮਰ ਗਿਆ ਹੈ ਕਿ ਆਪਣੇ ਕੋਲ ਰਿਹਾ ਬੱਕਰੀਆਂ ਵਾਲਾ ਹੁਣ ਜਿਹੜੇ ਹਿੰਦੂ ਸਿੱਖ ਕੰਬੋ ਇਸ ਕੋਟ ਮਾਈ 'ਚ ਰਹਿ ਗਏ ਨੇ ਹਾਂ
ਜ਼ਹਿਰੀ ਗੱਲ ਹੈ ਵੀ ਤੁਸੀਂ ਵੀ ਉਦੋਂ ਬੱਚੇ ਸੈ ਉਹਨਾਂ ਦੇ ਨਾਲ ਤੁਸੀਂ ਰਲ ਕੇ ਖੇਡੇ ਨੇ ਉਹਨਾਂ ਦਾ ਕੋਈ ਨਾਂ ਸਾਧ ਤੁਹਾਨੂੰ ਯਾਦ ਹੈ ਦੱਸਿਆ ਤੈਨੂੰ ਫਕੀਰੀਆ ਅੱਛਾ ਅਤੇ ਜਾਗੂ ਇਹ ਦੋਵਾਂ ਦੇ ਪੁੱਤਰ ਹੈ ਡੀ ਕਾ ਨਹੀਂ ਆਈ ਅਤੇ ਦੂਆ ਮਾਂ ਦੇ ਨਾਂ ਜੁਆਲੀ ਅਤੇ ਪਿਓ ਦੇ ਨਾਂ ਦਰਬਾਰੀ ਉਦੋਂ ਕੀ ਖੇਡਾਂ ਖੇਡਦੇ ਖੂਡਦੇ ਸੀ ਉਦੋਂ ਖੇਡਾਂ ਅਸੀਂ ਸ਼ੁਹਾਰ ਜਿਹੜੇ ਸੀ ਅਸੀਂ ਇਹ ਕੌੜੀਆਂ ਖੇਡਦੇ ਸੀ ਠੀਕ ਹੈ ਵੰਜ ਬਣਾ ਲੈਣਾ ਨਿੱਕਿਆ ਦੋਵੇਂ ਤਾਂ ਅਸੀਂ ਹੱਸ ਇੱਥੇ ਇੱਥੇ ਹੋਰ ਤਾਂ ਹਾ ਕੋਈ ਨਹੀਂ ਇੱਥੇ ਕੋਈ ਮੇਲਾ ਉਦੋਂ ਨੇੜੇ ਲੱਗਦਾ ਸੀ ਮੇਲਾ ਸਾਡਾ ਸਸੀਂ ਕਰਦੇ ਜਾਂ ਖੜਾ ਅੱਜ ਹੀ ਸ਼ੇਰ ਦਾ ਜਿਸ ਦਾ ਸਤਾਵੀ ਰੋਜ਼ਾ ਹੁੰਦਾ ਆਪਾਂ ਹਾਂ ਕੋਟ ਮਾਈ ਦੇ ਜਾਂਡੇ ਖੜਾ ਅੱਜ ਦੇ ਤੂੰ ਖਬਰ ਵੇਖਿਆ ਕਿ ਨਹੀਂ ਵੱਡਾ ਜਾਂਡੇ ਖਬਰ ਕਈ ਸਦੀਆਂ ਦਾ ਉਹ ਮੁੜ ਇੱਥੇ ਜਾ ਕੇ ਲੰਗਰ ਕਰਦਾ ਉੱਥੇ ਅੱਜ ਹੀ ਸ਼ੇਰ ਉੱਥੇ ਉਹਨਾਂ ਆਖਿਆ ਵੀ ਤੁਸੀਂ ਉਹ ਜਿਹੜਾ ਜਾਂਡੇ ਨਾ ਉੱਥੇ ਤੁਸੀਂ ਲੰਗਰ ਕੀਤਾ ਤੋ ਕਿਆ ਮੇਲਾ ਕਰ ਲੈ ਕੀ ਚੋ ਰੋਜ਼ਨਾ ਪਾਦਿਆ ਨੂੰ ਮਰਵਾ ਆਉਣਾ ਸਹੀ ਅਤੇ ਉਹ ਮੁਸਲਮਾਨ ਵੀ ਤੁਸੀਂ ਇੱਥੇ ਕਰਦੇ ਸਿੱਖਾਂ ਦਾ ਇੱਥੇ ਨੇੜੇ ਤੇੜੇ ਮੇਲਾ ਕੋਈ ਨਹੀਂ ਲੱਗਦਾ ਨਾ 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 ਸਿੱਖਾਂ ਦਾ ਮੇਲਾ ਬੋਲਾ ਇੱਥੇ ਕੋਈ ਨਹੀਂ ਆ ਇਹ ਉਹਦੇ ਹੀ ਜਾਂਦੇ ਆ ਕਿ ਕਿੱਥੇ ਜੇ ਗੰਗਾ ਗੁੰਗਾ ਨੇ ਜਿਹੜੇ ਤੁਸੀਂ ਉਹ ਸਿੱਖਾਂ ਦੇ ਹਿੰਦੂਆਂ ਦੇ ਨਾਂ ਲਏ ਨੇ ਆਹ ਆਪਣੀ ਜਿਹੜੀ ਵੀਡੀਓ ਆਪਾਂ ਬਣਾ ਦੇ ਪਏ ਇਹ ਬਿਲਕੁਲ ਉਹਨਾਂ ਤੱਕ ਜਾਏਗੀ ਅੱਛਾ ਉਹਨਾਂ ਨੂੰ ਤੁਸੀਂ ਕੋਈ ਸੱਦ ਸੁਨੇਹਾ ਕੋਈ ਪੈਗਾਮ ਸੁਨੇਹਾ ਦੇਣਾ ਚਾਹੁੰਦੇ ਜੀ ਅਸੀਂ ਤਾਂ ਜਿਹੜੇ ਸਾਡੇ ਸੂਹੇ ਫਕੀਰੀ ਆ ਖਬਰ ਜਿਹੜੇ ਜੀਂਦੇ ਮੇਰੀ ਗੱਲ ਵੀ ਉਹ ਨਾ ਜੀਂਦੇ ਹੋਏ ਉਹਨਾਂ ਦੇ ਅਗਾਂਹ ਬੱਚੇ ਤਾਂ ਹੋਣਗੇ ਹਾਂ ਫਕੀਰੀਆ ਹੈ ਜਾਗੂ ਹੈ ਜਵਾਲੀ ਹੈ ਕਿਰਾੜੀ ਦਰਬਾਰੀ ਹੈ ਉਹ ਫਕੀਰੀਆ ਦੀ ਔਲਾਦ ਹੋਵੇ ਜੇ ਜਾਗੂ ਦੀ ਔਲਾਦ ਹੋਵੇ ਤਾਂ ਉਹ ਬੁੱਢੇ ਬੰਦੇ ਆਏ ਮਰ ਗਏ ਉਸ ਟਾਈਮ ਉਹ ਫਿਰ ਜਵਾਨੀ ਘੱਟ ਰਹੀ ਅਗਰ ਉਹ ਮਿਸਾਲ ਤੌਰ 'ਤੇ ਉਹਨਾਂ ਦੀ ਜਿਹੜੀ ਔਲਾਦ ਹੈ ਜਾਂ ਉਹਨਾਂ 'ਚੋਂ ਕੋਈ ਬੰਦਾ ਜ਼ਿੰਦਾ ਹੋਵੇ ਇੱਧਰ ਆਉਣਾ ਚਾਹਵੇ ਹਾਂ ਅਤੇ ਮਸਲਨ ਵੀ ਤੁਸੀਂ ਉਹਨਾਂ ਨੂੰ ਇੱਥੇ ਆਪਣੇ ਕੋਲ ਰਹਿਸ਼ ਦੀ ਰਹਿਣ ਦੀ ਉਹਨਾਂ ਦੀ ਮਹਿਮਾਨ ਨਵਾਜ਼ੀ ਕਰੋਗੇ ਬੜੀ ਕਰਾਂਗੇ ਆਪ ਵੀ ਰਲ ਕੇ ਮਸਲਨ ਵੀ ਤੁਸੀਂ ਰਹਿ ਮੈਂ ਤੈਨੂੰ ਦੱਸਣਾ ਵੀ ਚੱਕ ਬੇਦੀ ਕਮਾਉਣ ਦਾ ਉਹਦਾ ਖੂਹ ਮਸ਼ਹੂਰ ਖੂਹ ਆ ਕਮਾਉਣ ਦਾ ਅਤੇ ਹਾਏ ਚੰਗੇ ਜਵਾਨ ਅਤੇ ਬਰਾ ਮੇਰੇ ਖੂਹ ਜੁੱਤੋ ਆ ਗੁੰਡੀਆਂ ਵਾਲਾ ਇਹਦਾ ਹੀ ਹੈ ਜੀ ਉਹਲੇ ਮਨੇ ਖੂਹ ਹੈ ਅਸੀਂ ਚੱਕ ਬੇਦੀ ਵਸਦੇ ਰਹੇ ਹਾਂ ਉਹ ਤਾਂ ਮੈਂ ਅਸੀਂ ਇੱਥੇ ਰਾਵ ਵਾਸਤੇ ਆਦੀ ਬੂੰਡੀ ਜੋ ਆ ਐਸ ਕੋਟ ਅਤੇ ਉਹ ਖੂਹ ਜੁੱਤੋ ਆਇਆ ਸੂ ਅਤੇ ਇਹ ਗਾਡੀ 'ਚ ਉੱਤੇ ਸੁੱਤਾ ਹੁੰਦਾ ਬੜਾ ਸੁਣੀਆਂ ਚੱਲੇ ਖੜਿਆ ਚਾਚਾ ਮੇਰਾ ਸੁੱਤਾ ਪਿਆ ਪਿਓ ਸਾਡਾ ਮਰਿਆ ਹੋਇਆ ਪਿਓ ਸਾਡਾ ਮਰਿਆ ਜੇ ਉਹਦੇ ਬੰਦੇ ਤੁਸੀਂ ਇੱਥੇ ਆਏ ਨਾ ਅਤੇ ਪਿਓ ਮੇਰਾ ਮਰਿਆ ਛੋਟੇ ਛੋਟੇ ਆਸੇ ਅੱਛਾ ਉਹ ਕਮੋ ਉਹਨੂੰ ਚੱਲਿਆ ਹਿੰਦੁਸਤਾਨ ਮੈਨੂੰ ਮੁੜ ਸੂਹ ਆਉਣਾ ਉਹ ਗਾਡੀ ਤੇ ਰਾਮ ਦੇ ਵਿਆਹ ਕੇ ਮੈਂ ਸੁੱਤਾ ਹੁੰਦਾ ਅਤੇ ਜੇ ਉਸ ਮੈਨੂੰ ਇੱਥੇ ਵੱਡੇ ਅਤੇ ਆਈ ਆਈ ਕੀਤਾ ਤਾਂ ਮੈਂ ਡਰ ਗਿਆ ਮੈਨੂੰ ਤਾਂ ਡਰੀ ਨਾ ਮੈਂ ਬੰਦਾ ਮੈਂ ਡਰ ਗਿਆ ਅਤੇ ਮੈਂ ਆਉਂਦਾ ਬੜਾ ਲਾਇਆ ਲਾਇਆ ਸਿਆਲ ਮਹਾ ਦੂਏ ਤੋਂ ਬਾਏ ਗੋ ਸਾਕੂ ਵੀ ਸੇਕੀ ਉਸ ਆਖਿਆ ਤੇਰਾ ਚਾਚਾ ਕਿੱਥੇ ਉਸ ਤੋਂ ਸੁੱਤਾ ਪਿਆ ਸੂਹਾ ਜੂਆ ਉਸ ਉਹਨੇ ਉਠਾ ਲਿਆਂਦਾ ਅਗਰ ਮੈਂ ਹਾਂ ਭੁੱਖਾ ਉਮਰ ਅਸੀਂ ਚਾਵਾ ਰੱਖ ਲਿਆ ਇਹ ਉੱਤੇ ਚੱਕਰ ਦੇ ਵੱਡੇ ਖਾਣੇ ਦੁੱਧ ਪਾ ਦੇ ਉਹ ਮੁੜ ਚਾਵਾ ਜਿਹੜਾ ਗਾਂ 'ਚ ਚੋਈ ਤਾਂ ਉਹਨੂੰ ਵਿੱਚ ਦੁੱਧ ਖਾਤੇ ਦਾ ਕਹਿ ਖਾ ਲੈ ਬਾਬਾ ਜੀ ਜਦੋਂ ਇੱਥੋਂ ਵੀ ਗਏ ਨੇ ਤੁਸੀਂ ਤੇ ਵੀ ਉਹਨਾਂ ਦੇ ਨਾਲ ਵਸਦੇ ਸੈ ਤੁਸੀਂ ਇਹ ਦੱਸਿਆ ਕਿ ਵੀ ਅਸੀਂ ਉਹਨਾਂ ਨੂੰ ਕਿਸੇ ਕਿਸਮ ਦੀ ਵੀ ਪਰੇਸ਼ਾਨੀ ਨਹੀਂ ਦਿੱਤੀ ਨਾ ਅਸੀਂ ਉਹਨਾਂ ਦੀ ਕੋਈ ਸ਼ੈ ਚੱਕੀ ਅਸੀਂ ਉਹਨਾਂ ਦੇ ਨਾਲ ਨਾ ਲੜੇ ਹੈ ਨਾ ਉਹਨਾਂ ਦੀ ਸ਼ੈ ਚੱਕੀ ਹੈ ਇੰਨਾ ਕੁ ਮਹੀਨੇ 'ਚ ਕਸਾਈ ਆ ਸਾਡੇ ਗਵਾਡ ਉਹਦਾ ਕੀ ਨਾਂ ਸੀ ਉਹਦੇ ਨਾਂ ਸ਼ੇਰਾ ਅੱਛਾ ਉਹ ਸਾਡੇ ਗਵਾਡ ਆ ਸ਼ੇਰਾ ਅਤੇ ਉਸ ਮੈਨੂੰ ਆਖਿਆ ਬਣਾ ਜਾ ਦੁਕਾਨ ਇਸ ਗੱਤੀ ਉਹ ਨਵਾਂ ਨਵਾਂ ਆਇਆ ਨਾ ਦੁਕਾਨ ਗੱਤੀ ਆ ਸਾਡੇ ਮਣੇ ਕੋਠੇ ਅਤੇ ਆਹ ਲੱਕੜ ਦਾ ਸੰਦੂਕ ਉਹਦੇ ਵਿੱਚ ਪਈਆਂ ਜਾਂ ਰੇਬੜੀਆਂ ਅਤੇ ਮੈਨੂੰ ਉਹ ਸ਼ੇਰੂ ਆਉਂਦਾ ਹੈ ਬੰਨਾ ਜਾ ਉੱਥੋਂ ਰੇਬੜੀਆਂ ਚਾ ਲਿਆ ਉਹ ਜਿਹੜਾ ਦਰਬਾਰੀ ਉਹ ਇੱਥੇ ਘਰੇ ਆ ਗਿਆ ਮੈਂ ਉੱਥੇ ਵੱਜਾ ਮੈਂ ਉੱਥੇ ਛੋਟਾ ਗਿਆ ਮੈਂ ਜਿਹੜਾ ਜੋੜੀ ਦੇ ਵਿੱਚ ਦੋ ਲੋਕ ਵੱਧ ਕੇ ਗਾ ਕੇ ਬਾਈ ਤਾਂ ਉਹਦੇ ਕੋਲ ਵੱਧ ਗਿਆ ਬੂਹਾ ਦੇ ਦਿੱਤਾ ਉਸ ਮੈਨੂੰ ਕੋਈ ਮਹੀਨੇ 'ਤੇ ਦਿੱਤੇ ਕੋਈ ਉਸ ਲੈ ਲੈ ਆਹਦਾ ਸੀ ਖਾ ਲੈ ਉਹ ਗਿਆ ਉਹਦਾ ਕੰਮ ਆਉਣਾ ਬੂਹਾ ਕੁੰਡਾ ਦੇ ਜਾਂਦਾ ਉਹ ਉਵੇਂ ਛਾੜੀ ਆ ਆ ਗਿਆ ਆ ਮੈਂ ਮੈਨੂੰ ਚੋਰੀ ਕੀਤੀ ਇਹ ਬਾਬਾ ਜੀ ਤੁਹਾਡਾ ਨਾਂ ਅਮਦੀਨ ਦੱਸਿਆ ਤੁਸੀਂ ਹਾਂ ਅਮਦੀਨ ਅਮਦੀਨ ਅਤੇ ਤੁਹਾਡੇ ਮਾਲ ਦਾ ਨਾਂ ਕੀ ਜੱਲਾ ਜੱਲਾ ਹਾਂ ਪਿਓ ਮੇਰੇ ਦਾ ਨਾਂ ਕੌਮ ਟੁੱਡੀ ਦਾਦੇ ਦੇ ਮੇਰੇ ਨਾਂ ਆਮ ਹੁੰਦਾ
ਪਿੰਡ ਕੋਟਮਾਈ ਕੋਟਮਾਈ ਇਹ ਹੁਣ ਆਪਾਂ ਜਿੱਥੇ ਬੈਠੇ ਆ ਇਸ ਟਾਈਮ ਇਹ ਪਿੰਡ ਕੋਟਮਾਈ ਇਹ ਕੋਟਮਾਈ ਹੈ ਇਹ ਜਿਹੜੀ ਪਿੱਛੇ ਆਪਣੇ ਨਹਿਰ ਵਗਦੀ ਪਈ ਹਾਂ ਅਸੂਆ ਹਾਂ ਇਹ ਪਿੱਛੇ ਇਧਰੋਂ ਕਿਧਰੋਂ ਆਣਾ ਵੀ ਇਹ ਆ ਹੈਡ ਨਹੀਂ ਆ ਖੜਾ ਹੈਡ ਗੁਰਦਿੱਤਾ ਹਾਂ ਇਹ ਹੈਡ ਗੁਰਦਿੱਤਾ ਹੈ ਤੇ ਪਿਛਲੇ ਜਿੱਥੋਂ ਨਿਕਲਦੀ ਪਈ ਹੈ ਉਹ ਹੈਡ ਗੰਡਾ ਸਿੰਘ ਹੈ नाले को मोड़ा आ गया एक रजवाया गया अभी रामपुर उत्ते उत्ते अजू गया एक रजवा निकल जा बड़िया जखीरे अजू गया अगुए दोवें हो जाते हैं जेड़ा आए जिथे मेरे नाने जाकाल दिता तहसील दपालपुर जिला केड़ा लगता जिला हाँ जी जिला सही जोगी आया पहले जो बाबा आया इथे इंदा दरबार बनिया उस बाद पाक पतन जमीना ने सारिया आबाद सन सब भी आबाद आई बा पाड़े पुड़े वाली के गैर बात पी सब भी आबाद हाँ खूह है खूह तो खूह से पता मनी एक ही वाही होनी है गलिया हुई गैर बात आई रजवाया नहर का पानी भी उदो भी मौजूद सी हाँ जनाब फसल थोड़िया जिम्मे थोड़िया आई खूह की वाही होने खूह की वाही की पट्ठे लड़ा ने जिंदा माल वाह दो त्रा चार किले त्रा किले पट्ठे ला लेने तो दुई को चार पांच किले कणक ला ली मड़ी खूह जुबा बना तो बस ये वाही होंगी दस बारह किले किसी पंद्रह किले बना ले मुड़ पिछे जिस पानी चंगा आवन लग पाया उस नाम मुड़े छोले रलने बड़े छोले रलने तुहाडे तो अलावा उजाड़े पैन तो पहले होर कोई बजुर्ग आदमी इत्थे मौजूद है उस बाद उजाड़े पहले पैन तो पहले दा पहले पहले दे इधर दा रहण वाला वे तुहाडी उम्र दा या तुहाडे तो मसलन भी ज्यादा उम्र दा साडे उम्र तो ज्यादा ਕਿਹੜਾ ਬੰਦਾ ਤੈਨੂੰ ਦੱਸਾਂ ਇੱਥੇ ਵੱਡਾ ਤਾਂ ਕੋਈ ਵੀ ਨਹੀਂ ਰਹਿ ਗਿਆ ਇੱਕ ਆ ਮੇਰੇ ਨਾਂ ਦਾ ਰਮਜਾਨ ਹੈ ਇੱਥੇ ਸਾਡਾ ਡੁੱਡੀ ਸ਼ੋਰ ਅਤੇ ਇੱਕ ਇੱਥੇ ਮੇਰਾ ਮਸੇਰ ਹੈ ਆਮਾ ਉਹਦੇ ਨਾਂ ਵੀ ਆਮਾ ਇੱਥੇ ਗੁਰਦਿੱਤੇ ਹੈ ਇੱਕ ਉਹਦਾ ਦਿਲਾਜ ਸਰਦਾਰ ਇਹ ਜਿਹੜੇ ਪਿੰਡ ਤੁਸੀਂ ਦੱਸੇ ਨੇ ਸ਼ਾਹ ਨਵਾਜ਼ ਤਾਲਬ ਅਲੀ ਮਹਮੂਦਪੁਰ ਅਠਾਈ ਐਸ ਪੀ ਵਲਟੋਇਆ ਬਟਿੰਗਾ ਬਟਿੰਗੇ ਤਾਂ ਫਿਰ ਤੁਸੀਂ ਅਕਸਰ ਹੀ ਵੀ ਤੁਹਾਡਾ ਪਿੰਡ 'ਚ ਜਾਂਦੇ ਆਉਂਦੇ ਸੀ ਇਹ ਦੂਜੇ ਪਿੰਡਾਂ 'ਚ ਤੁਸੀਂ ਜਾਂਦੇ ਆਉਂਦੇ ਸੀ ਅਚੱਕ ਸ਼ਾਹ ਨਵਾਜ਼ ਤਾਲਬ ਅਲੀ ਸਾਰੇ ਪਿੰਡਾਂ 'ਚ ਜਾਂਦੇ ਸੀ ਸਾਰੇ ਪਿੰਡਾਂ 'ਚ ਵਲਟੋਇਆ ਤਾਲ ਆਏ ਕਿ ਬਟਿੰਗਾ ਮੈਂ ਤਾਂ ਬੜਾ ਅੱਛਾ ਸੁਣਾ ਉਹ ਮੈਂ ਜਦੋਂ ਰੋਕਣੇ ਸਾਡੇ ਆਇਆ ਨਾ ਬਟਿੰਗੇ ਉਹ ਰੋਕਣਾ ਮੈਂ ਜਾਮਣ ਅੱਗੇ ਕੋਈ ਨਹੀਂ ਜਾਂਦੇ ਸੀ ਅੱਗੇ ਕੋਈ ਕੰਮ ਬੰਦਾ ਪਮਣਾ ਸ਼ਹਿਰ ਦੇ ਵਿੱਚ ਵੀ ਲੱਗਦੇ ਆ ਸੀ ਬਟਿੰਗੇ ਦੇ ਅਤੇ ਆਹ ਦੁਆ ਜਿਹੜਾ ਹੈ ਤਾਲੇ ਬਦੀ ਅਤੇ ਦੁਆ ਸ਼ਾਹ ਨਮਾਜ ਇਹ ਤਾਂ ਮੁੜ ਆਮ ਹੀ ਆ ਸਕਦਾ ਤਾਂ ਬਈ ਮਾਪ ਚਲਾ ਦੇ ਛੱਬੀ ਹਾਂ ਛੱਬੀ ਵੀ ਜਾਣਾ ਪੰਜੀ ਪਿੰਡ ਜਿਹੜਾ ਇਹ ਕਿਹਨਾਂ ਦਾ ਸੀ ਇਹ ਛੱਬੀ ਜਿਹੜਾ ਇਹ ਵੀ ਸਿੱਖਾਂ ਦਾ ਸਿੱਖ ਸਿੱਖ ਅਤੇ ਕੰਬੋ ਇਹ ਦੋ ਕੌਮਾਂ ਆਈਆਂ ਸਿੱਖ ਅਤੇ ਕੰਬੋ ਬਟੋਆ ਵੀ ਸਾਰਾ ਇਹ ਕੰਬੋਆ ਸਿੱਖਾਂ ਦਾ ਤੇ ਜਿਹੜੇ ਆ ਡੋਗਰ ਨੇ ਆ ਟਿੱਬਾ ਸਵੇਲ ਵਾਲੇ ਇਹ ਵੀ ਪਹਿਲੇ ਦਿਨ ਇਹ ਨਹੀਂ ਇਹ ਵੀ ਮਾਜਾ ਇਹਨਾਂ ਇਹ ਪਹਿਲੇ ਦੇ ਇਹ ਪਹਿਲੇ ਦੇ ਤੇ ਜਿਹੜੇ ਆ ਬਾਦਰ ਕੇ ਖੂਹ ਵਾਲੇ ਇਹ ਮਾਜਾ ਨੇ ਇਹ ਮਾਜਾ ਰਹੀ ਨਹੀਂ ਜਿਹੜੇ ਸਵੇਲ ਵਾਲੇ ਨੇ ਇਹ ਪਹਿਲੇ ਦੇ ਰਕਬਾ ਲੈਂਦਾ ਜਦੋਂ ਉਹ ਲੋਕ ਇੱਥੋਂ ਗਏ ਤੁਸੀਂ ਫਿਰ ਉਹਨਾਂ ਨੇ ਕੋਈ ਮਦਦ ਕੀਤੀ ਕੋਈ ਉਹਨਾਂ ਦੀ ਹੈਲਪ ਕੀਤੀ ਜਾਣ ਦੀ ਵੀ ਉਹਨਾਂ ਦਾ ਦਫਾ ਕੀਤਾ ਵੀ ਉਹਨਾਂ ਨੂੰ ਜੋ ਲੋਕ ਮਸਲਾ ਵੀ ਲੁੱਟਦੇ ਸਨ ਉਹਨਾਂ ਤੈਨੂੰ ਦੱਸਿਆ ਤਾਂ ਵੀ ਜਿਹੜੀ ਆਈ ਨਾ ਉਹ ਜਿਸੇ ਗਾਇਕ ਜਿਹੜਾ ਸਾਡੇ ਕੋਲ ਰੱਖਿਆ ਨੇ ਮਾਲ ਉਹਨਾਂ ਨੂੰ ਅਸਾਂ ਦੇ ਦਿੱਤਾ ਅਤੇ ਹੋਰ ਅਸਾਂ ਪੱਲੂ ਕੋਈ ਨਹੀਂ ਇਮਦਾਦ ਕੀਤੀ ਪਹਿਲਾਂ ਪੱਲੂ ਕੋਈ ਨਹੀਂ ਕੀਤੀ ਜਿਹੜਾ ਸਾਡੇ ਕੋਲ ਅਮਾਨਤ ਰੱਖ ਗਿਆ ਹੈ ਨਾ
ਉਹ ਟਰੰਗ ਵੱਡਾ ਚਾਰ ਤੇ ਉਹਨਾਂ ਨੂੰ ਬਿਸਮਿਲਾ ਕਰਕੇ ਤੇ ਉਹਨਾਂ ਨੂੰ ਮਿਲਤੇ ਦੁਆ ਸਲਾਮ ਇਹੋ ਹੈ ਖੈਰ ਮਿਆਰ ਬਈ ਅੱਲਾ ਤੁਹਾਨੂੰ ਖੈਰੀ ਸਲਾਮਤੀ ਲੈ ਜਾਵੇ ਬਸ ਉਹ ਗੱਡੀਆਂ ਉਹਨਾਂ ਦੇ ਆਈਆਂ ਖੜੀਆਂ ਵਿੱਚ ਬੈਠੇ ਤੇ ਲੈ ਜਾ ਅੱਲਾ ਬੇਲੀ ਦੱਬ ਗਿਆ ਇਹ ਉਦੋਂ ਵੀ ਜਿਹੜੇ ਬਟਿੰਗੇ ਵਾਲੇ ਆਏ ਨਾ ਇਹਨਾਂ ਮੁੰਡਾ ਸੇਠ ਮੱਲੇ ਤੇ ਬਟਿੰਗਾ ਮੱਲਿਆ ਤੇ 29 ਮੱਲਿਆ ਤੇ ਇਹ ਚੱਕ ਕੇ ਨਾ ਮੱਲੇ ਤੇ ਇਹ ਚੱਕ ਹੈ ਹਿੰਦੂਆਂ ਦੇ ਇਹ ਚੱਕ ਹਿੰਦੂਆਂ ਦੇ ਹੈ ਚਾਵੇਂ ਤੇ ਵੀ ਗਣਾ ਹਿੰਦੂ ਆ ਖੱਗਿਆਂ ਦੀ ਥੋੜ੍ਹੀ ਬਹੁ ਆਈ ਗਣਾ ਹਿੰਦੂ ਆ ਇੱਕ ਖੰਗ ਖੱਗਿਆਂ ਦਾ ਰਕਬਾ ਖੱਗਿਆ ਅਗਲੇ ਪਸੰਦ ਖੱਗੇ ਅਗਲੇ ਪਸੰਦ ਹੁਣ ਦੇ ਨਹੀਂ ਜਿਹੜਾ ਡਬਈ ਆ ਡਬਈ ਦੇ ਵਿੱਚ ਜਿਹੜੇ ਪਹਿਲੇ ਕਿੱਥੇ ਖੂਹ ਹਨ ਡੋਗਰਾਂ ਦੇ ਇਹ ਅਗਲੇ ਪਸੰਦ ਜਿਹੜਾ ਇਹ ਚਾਂਦੀ ਆ ਇਹ ਲੈਲਦਾਰ ਵੱਜਦਾ ਇਹ ਚਾਂਦੀ ਵਾਲਾ ਆਹ ਖੂਹ ਚਾਂਦੀ ਦਾ ਹੀ ਆ ਅੱਜ ਇੱਥੇ ਨੂਰ ਸਮਾਨ ਦਾ ਡੋਗਰ ਅਮਰ ਵਾਲੇ ਖੂਹ ਤੋਂ ਆਏ ਪਾਰ ਮਾਰ ਸਰ ਇਹ ਇਹਦਾ ਹੀ ਆ ਅਤੇ ਦੂਆ ਡਬਈ ਗਿਣਾ ਰਕਬਾ ਇਹਦਾ ਹੀ ਆ ਥੋੜ੍ਹਾ ਕਮਾਉਂਦਾ ਅਤੇ ਜਿਹੜੇ ਡੋਗਰ ਆਏ ਅਗਲੇ ਪਸੰਦ ਇਹ ਡਬਈ ਦੇ ਪਹਿਲੇ ਪਹਿਲੇ ਕਿੱਥੇ ਆ ਅਤੇ ਜਿਹੜਾ ਹਾ ਵਲੈਸ਼ਾ ਇਹ ਵੀ ਅਗਲਾ ਵਲੈਸ਼ਾ ਇਹਦਾ ਰਕਬਾ ਹੀ ਅਗਲਾ ਹਾਂ ਆਹ ਪੀਰ ਪੀਰ ਵਲੈਸ਼ਾ ਆਹ ਖੱਗਾ ਵਲੈਸ਼ਾ ਤਾਂ ਉਹ ਹੈ ਨਾ ਇਹ ਆ ਪੀਰ ਆ ਜਿਹੜਾ ਵਲੈਸ਼ਾ ਜਿਹਦਾ ਆਹ ਮੋਚ ਹੈ ਇਹ ਮੋਚਬਾ ਅਤੇ ਪੀਰ ਮੁਰਦਾ ਇੱਕ ਦਾ ਨਾਂ ਹੋਰਾ ਚਲੋ ਇਹ ਵਲੈਸ਼ਾ ਪੀਰ ਆ ਚਲੋ ਠੀਕ ਹੈ ਬਾਬਾ ਤੁਸੀਂ ਹੁਣ ਕੋਈ ਆਖਰੀ ਪੈਗਾਮ ਉਹਨਾਂ ਨੂੰ ਦੇਣਾ ਹੈ ਉਹ ਦੇ ਲਓ ਆਖਰੀ ਤੇ ਵੀ ਹੁਣ ਆ ਜੋ ਸਰਦਾਰੀ ਦੇ ਪੁੱਤਰਾਂ 'ਚ ਕੋਈ ਜੀਂਦਾ ਹੋਵੇ ਤਾਂ ਬਸ ਉਹਨਾਂ ਨੂੰ ਦੁਆ ਸਲਾਮ ਰਾਬਤਾ ਕਰੇ ਹਾਂ ਕਰੇ ਤਾਂ ਬਿਲਕੁਲ ਕਰੇ ਹਾਂ ਪਤਾ ਨਹੀਂ ਉਹ ਕਿਹੜੇ ਸਾਨੇ ਗਰੀਬ ਗਏ ਸ਼ਾਇਦ ਕੋਈ ਉਹਨਾਂ ਦਾ ਗਾਮ ਹਾਂ ਜੀਂਦੇ ਹੋਵੇ ਵੀ ਉਹਨਾਂ ਦੇ ਤੁਸੀਂ ਉਸ ਵਡੇਰੇ ਦਾ ਨਾਂ ਲੈਂਦੇ ਪਏ ਕੋਈ ਉਹਨਾਂ ਦਾ ਕੋਈ ਬੱਚਾ ਕੋਈ ਪੋਤਰਾ ਕੋਈ ਦੋਤਰਾ ਇਹ ਦੋ ਵਿਰਾ ਹੈ ਨਾ ਦਰਬਾਰੀ ਅਤੇ ਸਰਦਾਰੀ ਇੱਕ ਉੱਥੇ ਕੋਈ ਪਿਆ ਅਤੇ ਇੱਕ ਇੱਥੇ ਆ ਅਤੇ ਉਹਨਾਂ ਬੁੜੀਆਂ ਦਾ ਨਾਮ ਇੰਨੀ ਆਉਂਦਾ ਅਤੇ ਨਾ ਉਹਦੇ ਪੁੱਤਰਾਂ ਦਾ ਬਸ ਉਹਦਾ ਨਾਮ ਆਉਂਦਾ ਅਤੇ ਇੱਕ ਇਹਦੇ ਪੁੱਤਰਾਂ ਦਾ ਜਾਂ ਜੱਗੂ ਅਤੇ ਫਕੀਰੀ ਆ ਅਤੇ ਜਵਾਲੀ ਇਹਨਾਂ ਦੀ ਮਾਂ ਹੈ ਅਤੇ ਦਰਬਾਰੀ ਇਹਨਾਂ ਦਾ ਪਿਓ ਆ ਇਹਨਾਂ ਕਿਉਂ ਬੰਦੇ ਦਾ ਨਾਮ ਆਉਂਦਾ ਅਤੇ ਉਹ ਮੈਂ ਜਾਂਦਾ ਨਾ ਤਾਂ ਉਹ ਮੈਨੂੰ ਚੌਤਰੇ 'ਤੇ ਨਹੀਂ ਚੜ੍ਹਨ ਦਿੰਦੀ ਹੈ ਚੌਕਾ ਸਾਡਾ ਚੌਧਰਾ ਸਾਡਾ ਬੇਟ ਹੀ ਆ ਸੀ ਹੇਠਾਂ ਖੇਡੋ ਅੱਛਾ ਹਾਂ ਚੌਤਰੇ 'ਤੇ ਨਹੀਂ ਚੜ੍ਹਨ ਦਿੰਦੀ ਮੁਸਲਮਾਨਾਂ ਨੂੰ ਵੀ ਯਾਨੀ ਕਿ ਇੰਨੀ ਉਹ ਖਾਜਦੇ ਸਨ ਕਿ ਵੀ ਚੌਤਰੇ 'ਤੇ ਨਹੀਂ ਚੜ੍ਹਨਾ ਹਾਂ ਚੌਤਰੇ 'ਤੇ ਨਹੀਂ ਚੜ੍ਹਨਾ ਅਤੇ ਜਿਹੜੇ ਅਸੀਂ ਹੱਥੇ ਨਾਲ ਜੇ ਖੇਡਦੇ ਦੇਖਦੇ ਹੱਥ ਵੀ ਲਾਉਣਾ ਖੇਡਣਾ ਕਬੱਡੀ ਖੇਡਣੀ ਇਹ ਅਸੀਂ ਮਰਨਾ ਉਹ ਵੀ ਨਾਂ 'ਤੇ ਖੇਡੇ ਜਾਂਦਾ ਅਤੇ ਮੰਮੀ ਆਦਿ ਖੇਡੇ ਨਾਂ 'ਤੇ ਜਾਂਦਾ ਨਾਲੇ ਟੁੱਬੀਆਂ ਲੈਣੀਆਂ ਨਾ ਦੋ ਤੇ ਐਸ ਐਨ ਆਰ ਜੀ ਹਾਂ।